ਦਾ ਖਾਲਸਾ ਹਲੋ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀ ਗੁਰੂ ਦੀ ਬਖਸ਼ੀ ਹੋਈ ਫਤਿਹ ਗਜਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜਿਹੜਾ ਆਪਣਾ ਸੰਘਰਸ਼ ਚੱਲ ਰਿਹਾ ਹੈ ਦਿੱਲੀ ਸਰਕਾਰ ਦੇ ਨਾਲ ਸਿੰਘੂ ਬਾਰਡਰ ਤੇ ਆਪਣਾ ਸੰਘਰਸ਼ੇ 3 ਮਹੀਨਿਆਂ ਤੋਂ ਲਗਾਤਾਰ ਇੱਥੇ ਬਾਰਡਰ ਤੇ ਚੱਲਿਆ ਚੱਲਦਾ 8-9 ਮਹੀਨਿਆਂ ਤੋਂ ਹੀ ਰਿਹਾ ਇਹ ਟੂਲ ਟੈਕਸਾਂ ਦੇ ਆਪਣੇ ਪੰਜਾਬ ਦੇ ਵਿੱਚ ਜਿੰਨੇ ਸਾਰੇ ਬੈਠੇ ਡਟੇ ਹੋਏ ਨੇ ਤੇ 3 ਮਹੀਨਿਆਂ ਦੇ ਉੱਤੋਂ ਅਸੀਂ ਇੱਥੇ ਸਾਰਾ ਰਾਜ ਸਾਜ ਆਪਣਾ ਘੋੜੇ ਲੈ ਕੇ ਜੋ ਕਿ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਹੱਕ ਵਿੱਚ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਇੱਥੇ ਸਾਡਾ ਜਿਹੜਾ ਪੜਾ ਸਟੇਜ ਦੇ ਜਮਾ ਸਾਹਮਣੇ ਆ ਇਹ ਜਿਹੜਾ ਵੀਰ ਗੱਲ ਕਰਕੇ ਗਿਆ ਵੀ ਮੈਨੂੰ ਢੰਗ ਸਿੰਘਾਂ ਨੇ ਡਾਂਗਾ ਮਾਰੀਆਂ ਮੈਨੂੰ ਕੁੱਟਿਆ ਮਾਰਿਆ ਚਲੋ ਵਿੱਚ ਗਲਤ ਬਾਣੇ ਦੇ ਵਿੱਚ ਸ਼ਰਾਰਤੀ ਅੰਸ਼ਰ ਹੁੰਦੇ ਨੇ ਪਰ ਇੱਥੇ ਜਿਹੜਾ ਸਟੇਜ ਦੇ ਸਾਹਮਣੇ ਰਾਤ ਨੂੰ ਰੋਜ਼ ਹੀ ਕੱਲ ਰਾਤ ਥੋੜਾ ਜਿਹਾ ਸਮਾਂ ਸੁੱਖ ਸ਼ਾਂਤੀ ਨਾਲ ਨੰਗਿਆ ਤਕਰੀਬਨ ਇੱਥੇ ਰੋਜ਼ ਹੀ ਖੌਰੂ ਪੈਂਦਾ ਜਮਾ ਰੋਜ਼ ਰਾਤ ਨੂੰ 9 9:30 9:30 10:00 ਵਜੇ ਕੁਝ ਬੰਦੇ ਨੂੰ ਆਪਾਂ ਸੱਚ ਕਹਿਣ ਤੋਂ ਡਰਦੇ ਨਹੀਂ ਹੈਗੇ ਕੁਝ ਬੰਦੇ ਨਾਲ ਦੇ ਵਲੰਟੀਅਰ ਵੀ ਹੁੰਦੇ ਆ ਕੁਝ ਬੰਦੇ ਬਾਹਰੋਂ ਸ਼ਰਾਬ ਪਾਣੀ ਪੀ ਕੇ ਇੱਥੇ ਰੋਜ਼ ਹੀ ਰਾਤ ਨੂੰ ਗਾਹ ਪੈਂਦਾ ਇਹ ਜਿਵੇਂ ਹੁਣ ਬਾਬਾ ਰਾਜਾ ਰਾਜ ਸਿੰਘ ਜੀ ਨੇ ਦੱਸਿਆ ਤੁਹਾਨੂੰ ਵੀ ਅਸੀਂ ਇੱਕ ਕਮੇਟੀ ਬਣਾਉਣ ਲੱਗੇ ਆ ਕਮੇਟੀ ਬਣਾ ਗਿਆ ਸੀ ਜਿੱਥੇ ਤੱਕ ਵੀ ਇਧਰੋਂ ਬਾਰਡਰ ਤੋਂ ਲੈ ਕੇ ਆਪਣੇ ਰਸੋਈ ਟਾਬੇ ਤੱਕ ਰਾਤ ਨੂੰ ਗਸ਼ਤ ਕਰਿਆ ਕਰਾਂਗੇ ਜਿਹੜਾ ਵੀ ਕੋਈ ਵੀ ਗਲਤ ਬੰਦਾ ਹੋਊਗਾ ਅਸੀਂ ਉਹਨੂੰ ਸਜ਼ਾ ਦੇਵਾਂਗੇ ਇਹ ਜਿਹੜੇ ਸਾਡੇ ਬੰਦਿਆਂ ਨੇ ਗਲਤੀ ਕੀਤੀ ਆ ਅਸੀਂ ਇਹਨਾਂ ਦਾ ਵੀ ਸੁਧਾਰ ਕਰਾਂਗੇ ਇਹ ਨਿਆ ਗੱਲਾਂ ਕਹਿੰਦੇ ਅਸੀਂ ਫਤੇਕ ਜਾਉਨੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ